ਗੁੱਡ ਮਾਰਨਿੰਗ ਸਟੂਡੈਂਟਸ, ਆਪਣਾ ਟੌਪਿਕ ਚੱਲਦਾ ਪਿਆ ਸੀ ਕੰਬੀਨੇਸ਼ਨ। ਕੰਬੀਨੇਸ਼ਨ ਟੌਪਿਕ ਨੂੰ ਆਪਾਂ ਕੰਟੀਨਿਊ ਕਰਨ ਲੱਗੇ ਹਾਂ। ਅੱਜ ਇੰਪੋਰਟੈਂਟ ਕੁਐਸਚਨ ਕਰਾਉਣ ਲੱਗਾ ਵਾਂ। ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ, ਇੰਪੋਰਟੈਂਟ ਟੌਪਿਕ ਹੈਗਾ, ਇਹਦੇ ਵਿੱਚੋਂ ਹੀ ਇਗਜ਼ਾਮ 'ਚ ਕੁਐਸਚਨ ਆ ਜਾਂਦਾ। ਇਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਇੰਪੋਰਟੈਂਟ ਟੌਪਿਕ ਹੈਗਾ। ਹੁਣ ਕੰਬੀਨੇਸ਼ਨ ਦੇ ਉਹਦੇ ਸਮ ਕਰਾਉਣ ਲੱਗਾ ਜਿਹੜੇ ਪੇਪਰ 'ਚ ਆਉਂਦੇ ਆ। ਸਭ ਤੋਂ ਪਹਿਲਾਂ ਐਗਜ਼ਾਮਪਲ 21, ਅ ਗਰੁੱਪ ਕੰਸਿਸਟ ਆਫ 4 ਗਰਲਸ ਐਂਡ 7 ਬੋਇਜ਼, ਇਨ ਹਾਊ ਮੈਨੀ ਵੇਸ ਕੈਨ ਏ ਟੀਮ ਆਫ 5 ਮੈਂਬਰ ਕੈਨ ਬੀ ਸਿਲੈਕਟਿਡ, ਇਫ ਇਟ ਹੈਜ਼ ਨੋ ਗਰਲ, ਐਟਲੀਸਟ 1 ਬੋਆਏ ਐਂਡ 1 ਗਰਲ, ਐਟਲੀਸਟ 3 ਗਰਲਸ। ਦੇਖੋ ਜਰਾ ਕਿੱਦਾਂ ਕਰਨਾ ਹੈ। 21 ਐਗਜ਼ਾਮਪਲ ਕਰਨ ਲੱਗੇ ਹਾਂ ਆਪਾਂ। 4 ਗਰਲਸ ਹੈ, 7 ਬੋਆਇਸ ਹੈਗੇ ਆ। ਗਰੁੱਪ ਸਿਲੈਕਟ ਕਰਨਾ ਆਪਾਂ 5 ਮੈਂਬਰ ਦਾ, ਟੋਟਲ ਸਿਲੈਕਸ਼ਨ ਪਾ ਦੇਣਾ ਆਪਾਂ 5, ਟੋਟਲ ਸਿਲੈਕਸ਼ਨ ਪਾ ਦੇਣਾ ਆਪਾਂ 5। ਇਫ ਇਟ ਹੈਜ਼ ਨੋ ਗਰਲ, ਪਹਿਲਾ ਪਾਰਟ ਹੈਗਾ ਨੋ ਗਰਲ। ਹੁਣ ਉਹਨਾਂ ਕਹਿ ਉਸ ਹਿਸਾਬ ਨਾਲ ਗਰੁੱਪ ਸਿਲੈਕਟ ਕਰੋ ਕਿ ਕੋਈ ਗਰਲ ਨਹੀਂ ਹੋਣੀ ਚਾਹੀਦੀ। ਇੱਧਰ ਲਿਖ ਦਿਓ ਬੋਆਇਸ, ਇੱਧਰ ਲਿਖ ਦਿਓ ਗਰਲਸ। ਬੋਆਇਸ ਹੈਗੇ ਟੋਟਲ ਆਪਣੇ ਕੋਲ ਕਿੰਨੇ ਹੈਗੇ ਆ, 7, ਗਰਲਸ ਹੈਗੀਆਂ 4। ਹੁਣ ਗਰਲ ਕੋਈ ਸਿਲੈਕਟ ਨਹੀਂ ਕੀਤੀ, ਜੇ ਆਪਾਂ ਗਰਲ ਕੋਈ ਸਿਲੈਕਟ ਨਹੀਂ ਕੀਤੀ ਇੱਥੇ 0 ਪਾ ਦਾਂਗੇ, ਇਹਦਾ ਮਤਲਬ ਬੋਆਇਸ 5 ਸਿਲੈਕਟ ਕਰਨੇ ਪੈਣੇ ਆ, ਕਿਉਂਕਿ ਟੋਟਲ ਸਿਲੈਕਸ਼ਨ ਹੈਗੀ 5, ਟੋਟਲ ਸਿਲੈਕਸ਼ਨ ਹੈਗੀ 5, 5 ਬੋਆਇਸ ਸਿਲੈਕਟ ਕਰਨੇ ਪੈਣੇ ਆ, ਗਰਲਸ ਕੋਈ ਨਹੀਂ ਨਾ ਗੀ। ਇਹਦਾ ਮਤਲਬ ਟੋਟਲ ਨੰਬਰ ਆਫ ਵੇਸ ਇਨ ਵਿੱਚ ਟੀਮ ਕੈਨ ਬੀ ਸਿਲੈਕਟਿਡ, ਫਸਟ ਪਾਰਟ ਦਾ ਆਂਸਰ ਕੀ ਆਏਗਾ, ਟੋਟਲ ਨੰਬਰ ਆਫ ਵੇਸ ਇਨ ਵਿੱਚ ਟੀਮ ਕੈਨ ਬੀ ਸਿਲੈਕਟਿਡ 7 ਬੋਆਇਸ ਹੈਗੇ ਸੀ, 5 ਸਿਲੈਕਟ ਕਰਨੇ, 7C5, 7 ਬੋਆਇਸ ਅਵੇਲੇਬਲ ਸੀ ਨਾ, 5 ਸਿਲੈਕਟ ਕਰਨੇ, 7C5, ਇੰਟੂ ਗਰਲਸ ਅਵੇਲੇਬਲ ਹੈਗੀਆਂ ਸੀ 4, ਸਿਲੈਕਟ ਕਰਨੀਆਂ ਸੀ 0, 4C0। ਹੁਣ 4C0 ਦਾ ਮਤਲਬ ਤਾਂ 1 ਹੀ ਹੁੰਦਾ, 7C5 ਨੂੰ ਲਿਖ ਲਓ 7C2, ਕਿਉਂਕਿ ਗੈਪ 2 ਨੰਬਰਾਂ ਦਾ ਹੈਗਾ ਨਾ, 5 ਲਿਖ ਕੇ ਲੰਬਾ ਚੌੜਾ ਸਮ ਕਰਨ ਦੀ ਲੋੜ ਹੀ ਨਹੀਂ ਹੈਗੀ, ਲੰਬਾ ਚੌੜਾ ਸਮ ਕਰਨ ਦੀ ਲੋੜ ਹੀ ਨਹੀਂ ਹੈਗੀ। 7C2 ਨੂੰ ਸੋਲਵ ਕਰ ਲਓ, 7 × 6 ਅਪੋਨ 2 × 1, ਇਹ ਸਿਖਾਇਆ ਤੁਹਾਨੂੰ, ਤੁਹਾਡਾ ਆਂਸਰ ਆ ਜਾਏਗਾ 21, ਤੁਹਾਡਾ ਆਂਸਰ ਆ ਜਾਏਗਾ 21। ਸੈਕਿੰਡ ਪਾਰਟ ਕੀ ਹੈਗਾ ਦੇਖੋ ਜਰਾ, ਐਟਲੀਸਟ 1 ਬੋਆਏ ਐਂਡ 1 ਗਰਲ, ਘੱਟੋ ਘੱਟ 1 ਬੋਆਏ ਅਤੇ ਘੱਟੋ ਘੱਟ 1 ਗਰਲ ਹੋਣੀ ਚਾਹੀਦੀ ਹੈ। ਹੁਣ 7 ਬੋਆਇਸ ਅਵੇਲੇਬਲ ਸੀ, 4 ਗਰਲਸ ਅਵੇਲੇਬਲ ਸੀ, ਇੱਧਰ ਬੋਆਇਸ ਪਾ ਦੇਣਾ, ਇੱਧਰ ਗਰਲ ਪਾ ਦੇਣਾ, ਘੱਟੋ ਘੱਟ 1 ਬੋਆਏ, ਜੇ ਬੋਆਏ ਘੱਟੋ ਘੱਟ 1 ਬੋਆਏ, ਐਟਲੀਸਟ ਵਰਡ ਦੋਵਾਂ ਨਾਲ ਐਂਡ ਵਰਡ ਲੱਗਣਾ, ਜੇ ਬੋਆਏ 1 ਸਿਲੈਕਟ ਕਰਾਂਗੇ, ਗਰਲ ਸਿਲੈਕਟ ਕਰਨੀਆਂ ਬਣੀਆਂ 4, ਕਿਉਂਕਿ ਟੋਟਲ ਸਿਲੈਕਸ਼ਨ ਹੈਗੀ ਸੀ 5, ਟੋਟਲ ਸਿਲੈਕਸ਼ਨ ਹੈਗੀ ਸੀ 5। ਜੇ ਬੋਆਇਸ 2 ਸਿਲੈਕਟ ਕਰਾਂਗੇ, ਗਰਲਸ ਸਿਲੈਕਟ ਕਰਨੀਆਂ ਬਣੀਆਂ 3, ਜੇ ਬੋਆਇਸ 3 ਸਿਲੈਕਟ ਕਰਨੀਆਂ ਬਣ ਗਏ, ਗਰਲ ਸਿਲੈਕਟ ਕਰਨੀਆਂ ਬਣੀਆਂ 2, ਜੇ ਬੋਆਇਸ 4 ਸਿਲੈਕਟ ਕਰਾਂਗੇ, ਗਰਲ ਸਿਲੈਕਟ ਕਰਨੀ ਬਣੀ 1, ਜੇ ਬੋਆਇਸ 5 ਸਿਲੈਕਟ ਕਰਨੇ ਪੈਣੇ, ਗਰਲਸ ਸਿਲੈਕਟ ਕਰਨੀਆਂ 0, ਗਰਲਸ ਸਿਲੈਕਟ ਕਰਨੀਆਂ ਪੈਣੀਆਂ 0। ਨਹੀਂ, ਇਹ ਕੇਸ ਨਹੀਂ ਆ ਸਕਦਾ, ਇਹ ਕੇਸ ਕਿਉਂ ਨਹੀਂ ਆ ਸਕਦਾ, ਕਿਉਂਕਿ ਉਹਨਾਂ ਨੇ ਕਿਹਾ ਐਟਲੀਸਟ 1 ਬੋਆਏ ਐਂਡ 1 ਗਰਲ, ਇਹਦਾ ਮਤਲਬ ਜੇ ਮੈਂ ਇਹ ਕੇਸ ਲਗਾ ਦਿੱਤਾ ਹੈ ਤਾਂ ਇਹਨੂੰ ਕਰਨਾ ਪੈਣਾ ਕੈਂਸਲ, ਕਿਉਂਕਿ ਘੱਟੋ ਘੱਟ 1 ਗਰਲ ਤਾਂ ਸਿਲੈਕਟ ਕਰਨੀ ਕਰਨੀ ਹੈ। ਕੀ ਲਿਖਿਆ, ਐਟਲੀਸਟ 1 ਬੋਆਏ ਐਂਡ 1 ਗਰਲ, 1 ਗਰਲ ਘੱਟੋ ਘੱਟ ਸਿਲੈਕਟ ਕਰਨੀ ਪੈਣੀ ਹੈ, ਇਸ ਕਰਕੇ ਇਹ ਕੇਸ ਨਹੀਂ ਆਏਗਾ, ਮੈਂ ਗਲਤੀ ਨਾਲ ਲਿਖਤਾ ਸੀ। ਹੁਣ ਕਿੱਦਾਂ ਬਣਨਾ ਦੇਖੋ ਜਰਾ, ਜਾਂ ਤਾਂ ਅੱਧਾ ਬਣੇਗਾ ਟੋਟਲ ਨੰਬਰ ਓ ਵੇਸ, ਦੇਖੋ ਕਿਸ ਹਿਸਾਬ ਨਾਲ ਬਣਨਾ, ਟੋਟਲ ਨੰਬਰ ਓ ਵੇਸ ਇਨ ਵਿੱਚ ਟੀਮ ਕੈਨ ਬੀ ਸਿਲੈਕਟਿਡ
ਟੋਟਲ ਨੰਬਰ ਆਫ ਵੇਸ ਇਨ ਵਿੱਚ ਟੀਮ ਕੈਨ ਬੀ ਸਿਲੈਕਟਡ, 7 ਬੋਇਸ ਅਵੇਲੇਬਲ, 1 ਸਿਲੈਕਟ ਕੀਤਾ 7C1 ਇਨ 2, 4 ਗਰਲਸ ਅਵੇਲੇਬਲ, 4 ਦੀਆਂ 4 ਸਿਲੈਕਟ ਕਰ ਲਈਆਂ 4C4, ਬਾਜ ਪਾਉਣਾ ਪਲੱਸ, ਕਿਉਂਕਿ ਜਾਂ ਤਾਂ ਇੱਦਾਂ ਹੈਗਾ ਜਾਂ ਇੱਦਾਂ ਵਿਚਕਾਰ ਪਲੱਸ ਆਉਣਾ, ਇੱਕ ਕੇਸ ਤੋਂ ਦੂਜੇ ਕੇਸ 'ਤੇ ਸ਼ਿਫਟ ਕਰਨਾ ਵਿਚਕਾਰ ਪਲੱਸ ਹੋਣਾ। 7C2 7 ਬੋਆਏ ਨਾ, 2 ਸਿਲੈਕਟ ਕਰਨੇ ਆ, ਐਂਡ 4 ਗਰਲਸ ਅਵੇਲੇਬਲ, 3 ਸਿਲੈਕਟ ਕਰਨੇ ਆ, ਇੱਥੇ ਆਪਸ ਹੋਣਾ ਮਲਟੀਪਲਾਈ 4C3। ਹੁਣ ਨੈਕਸਟ ਕੇਸ 'ਤੇ ਸ਼ਿਫਟ ਕਰਨ ਲੱਗਿਆ ਪਲੱਸ ਆਏਗਾ, 7C3 ਇੰਟੂ 4C2 ਇੰਟੂ 4C2 ਅੱਗੇ ਪਲੱਸ। ਲਾਸਟ ਕੇਸ ਕੀ ਹੈਗਾ, 7C4 ਅਤੇ 4C1, 7C4 ਇੰਟੂ 4C1 ਇਜ਼ੀਕੁਅਲ ਟੂ। ਹੁਣ ਜਦੋਂ ਇਸ ਕੇਸ ਨੂੰ ਸੋਲਵ ਕਰਾਂਗੇ, 7C1 ਦਾ ਮਤਲਬ 7 ਹੁੰਦਾ ਥੱਲੇ, 7 ਉਹ ਥੱਲੇ 1 ਲੱਗਾ, ਉੱਪਰ ਵਾਲਾ ਨੰਬਰ ਆਂਸਰ ਆਏਗਾ ਨਾ, ਜਿਹੜਾ 4C4 ਹੈ ਉਹਦਾ ਆਂਸਰ ਤਾਂ 1 ਹੋਣਾ, ਉੱਪਰ ਥੱਲੇ ਨੰਬਰ ਸੇਮ ਹੋਇਆ, ਆਂਸਰ ਸੇਮ ਹੁੰਦਾ, ਪਲੱਸ ਪੈ ਜਾਣਾ ਵਿਚਕਾਰ। 7C2 ਨੂੰ ਸੋਲਵ ਕਰਾਂਗੇ, 7C2 ਨੂੰ ਲਿਖਾਂਗੇ ਨਾ 7 × 6 upon 2 × 1 ਇੰਟੂ 4C3 ਹੈਗਾ, ਜੇ ਉੱਪਰ ਥੱਲੇ ਇੱਕ ਨੰਬਰ ਦਾ ਗੈਪ ਹੋਏ, ਉੱਪਰ ਵਾਲਾ ਨੰਬਰ ਆਂਸਰ ਲਿਖੀਦਾ, ਆਂਸਰ 4 ਲਿਖਦਾਂਗੇ। ਅੱਗੇ ਹੈਗਾ 7C3 ਲਿਖ ਲਓ, 7 × 6 × 5 upon 3 × 2 × 1 ਅੱਗੇ ਹੈਗਾ 4C2, ਅਤੇ 4C2 ਨੂੰ ਲਿਖ ਲਓ 4 × 3 upon 2 × 1 ਪਲੱਸ ਆ ਗਿਆ 7C4, ਉੱਪਰੋਂ ਦੀ 4 ਨੰਬਰ ਲਿਖ ਲਓ, 7 × 6 = 5 4 × 3 = 2 1 4C1 ਦਾ ਮਤਲਬ ਤਾਂ 4 ਹੀ ਹੁੰਦਾ, 4C1 ਦਾ ਮਤਲਬ 4 ਹੀ ਹੁੰਦਾ। ਪਹਿਲੀ ਬ੍ਰੈਕਟ ਨੂੰ ਸੋਲਵ ਕਰਾਂਗੇ 7 ਆਏਗਾ, ਦੂਜੀ ਬ੍ਰੈਕਟ ਨੂੰ ਸੋਲਵ ਕਰਾਂਗੇ 84 ਆਏਗਾ, ਕਰਕੇ ਵੇਖ ਲੈਣਾ ਸੋਲਵ। ਤੀਜੀ ਬ੍ਰੈਕਟ ਨੂੰ ਸੋਲਵ ਕਰੋਗੇ, ਮਲਟੀਪਲਾਈ ਕਰੋਗੇ, 210 ਆਏਗਾ, ਇਹ ਆਪਣੇ ਆਪ ਕਰਨਾ ਸੋਲਵ ਆ ਜਾਏਗਾ ਬੜੇ ਆਰਾਮ ਨਾਲ। ਅਤੇ ਚੌਥੀ ਬ੍ਰੈਕਟ ਨੂੰ ਜਦੋਂ ਸੋਲਵ ਕਰਾਂਗੇ 140 ਆਉਣਾ, ਇਹਨਾਂ ਸਾਰਿਆਂ ਨੂੰ ਪਲੱਸ ਕਰਾਂਗੇ ਅਤੇ ਆਪਣੇ ਕੋਲ ਆਂਸਰ ਆਏਗਾ 441 ਥਰਡ ਪਾਰਟ ਹੈਗਾ ਐਟਲੀਸਟ 3 ਗਰਲਸ ਥਰੀ ਗਰਲਸ ਦਾ ਮਤਲਬ ਹੁੰਦਾ ਘੱਟੋ ਘੱਟ 3 ਗਰਲਸ, ਜੇ ਘੱਟੋ ਘੱਟ 3 ਗਰਲਸ ਕਹੀਆਂ ਜਾਂ 3 ਤੋਂ ਵੱਧ ਵੀ ਹੋ ਸਕਦੀਆਂ, ਜੇ ਗਰਲਸ 3 ਸਿਲੈਕਟ ਕਰਾਂਗੇ, ਬੋਆਏ ਸਿਲੈਕਟ ਕਰਨੇ ਪੈਣੇ 2, ਕਿਉਂਕਿ ਟੋਟਲ ਸਿਲੈਕਸ਼ਨ ਹੈਗੀ 5, ਘੱਟੋ ਘੱਟ 3 ਗਰਲਸ ਦਾ ਮਤਲਬ ਐਟਲੀਸਟ 3 ਗਰਲਸ ਦਾ ਮਤਲਬ ਹੁੰਦਾ 3 ਜਾਂ 3 ਤੋਂ ਜ਼ਿਆਦਾ, ਫੋਰ ਵੀ ਸਿਲੈਕਟ ਕਰ ਸਕਦੇ ਹਾਂ ਆਪਾਂ, ਕਿਉਂਕਿ ਗਰਲਸ 4 ਵੀ ਹੈਗੀਆਂ ਆਪਣੇ ਕੋਲ, ਜੇ 4 ਗਰਲਸ ਸਿਲੈਕਟ ਕਰਾਂਗੇ, ਬੋਆਏ ਸਿਲੈਕਟ ਕਰਨਾ ਪੈਣਾ 1, ਕਿਉਂਕਿ ਟੋਟਲ ਸਿਲੈਕਸ਼ਨ ਹੈਗੀ 5, ਟੋਟਲ ਸਿਲੈਕਸ਼ਨ ਹੈਗੀ 5। ਹੁਣ 4 ਤੋਂ ਜ਼ਿਆਦਾ ਤਾਂ ਹੋ ਹੀ ਨਾ ਸਕਦੀ, ਗਰਲਸ ਅਵੇਲੇਬਲ ਹੀ 4 ਹੈ, ਇਹਦਾ ਆਂਸਰ ਕਿੱਦਾਂ ਲਿਖਣਾ ਆਪਾਂ, ਟੋਟਲ ਨੰਬਰ ਆਫ ਵੇਸ ਇਨ ਵਿੱਚ ਟੀਮ ਕੈਨ ਬੀ ਸਿਲੈਕਟਿਡ, ਇੱਧਰ ਆਏਗਾ 7 'ਚ 2 ਸਿਲੈਕਟ ਕੀਤੇ, 7C2 ਇਨ 2, ਅਤੇ ਪੈਰਲਲ ਹੀ 4C3 ਆ ਜਾਏਗਾ। ਹੁਣ ਦੂਜੇ ਕੇਸ 'ਤੇ ਸ਼ਿਫਟ ਹੋਣ ਲੱਗੇ ਹਾਂ, ਵਿਚਕਾਰ ਪਲੱਸ ਆਉਣਾ, ਕੇਸ ਆਪਸ 'ਚ ਹੁੰਦੇ ਮਲਟੀਪਲਾਈ, 7C1 ਇੰਟੂ 4C4 7C2 ਨੂੰ ਸੋਲਵ ਕਰਾਂਗੇ, ਉੱਪਰ ਕੀਤਾ ਹੋਇਆ ਸਿਖਾਇਆ ਤੁਹਾਨੂੰ ਸੋਲਵ, ਅਤੇ 21 ਆਉਣਾ ਆਪਣੇ ਕੋਲ, 4C3 ਉੱਪਰ ਥੱਲੇ ਇੱਕ ਨੰਬਰ ਦਾ ਗੈਪ ਹੋਏ, 4 ਹੀ ਆਂਸਰ ਆਉਂਦਾ, 7C1 ਥੱਲੇ 1 ਹੈਗਾ, ਉੱਪਰ ਵਾਲਾ ਨੰਬਰ ਆਂਸਰ ਆਏਗਾ 4, ਉੱਪਰ ਥੱਲੇ ਸੇਮ ਹੋਇਆ ਆਂਸਰ 1 ਲਿਖੀਦਾ, ਯਾਨੀ ਕਿ 84 ਪਲੱਸ 7 ਆਂਸਰ ਆ ਜਾਏਗਾ 91, ਥੋੜ੍ਹਾ ਲੈਂਥੀ ਕੁਸ਼ਚਨ ਹੀ ਪਰ ਪੇਪਰ 'ਚ ਆ ਜਾਂਦਾ। ਹੁਣ ਇਹਦੇ ਬੇਸ 'ਤੇ ਅਗਲਾ ਕੁਸ਼ਚਨ ਕਿਹੜਾ ਕਰਨਾ ਆਪਾਂ, ਮਿਸਲੇਨੀਅਸ ਦਾ 3rd ਕੁਸ਼ਚਨ, ਪੜ੍ਹੋ ਸਟੇਟਮੈਂਟ, ਅ ਕਮੇਟੀ ਆਫ 7 ਹੈਜ਼ ਟੂ ਬੀ ਫੋਰਮਡ,
ਕਮੇਟੀ ਆਫ 7 ਦਾ ਮਤਲਬ ਟੋਟਲ ਸਿਲੈਕਸ਼ਨ ਹੈਗੀ 7 ਇਸ ਟੂ ਬੀ ਫੋਰਮਡ ਫਰੋਮ 9 ਬੋਇਸ ਐਂਡ 4 ਗਰਲਸ ਇਨ ਹਾਊ ਮੈਨੀ ਵੇਸ ਦਿਸ ਕੈਨ ਬੀ ਡਨ ਵੈਨ ਦੀ ਕਮੇਟੀ ਕੰਸਿਸਟ ਆਫ ਐਗਜੈਕਟਲੀ 3 ਗਰਲਸ ਐਟਲੀਸਟ 3 ਗਰਲਸ ਐਟਮੋਸਟ 3 ਗਰਲਸ ਮੈਂ ਦੀ ਕੇਸ ਬਣਾ ਦੇਣਾ ਵਾਂ ਕੈਲਕੂਲੇਸ਼ਨ ਆਪਣੇ ਆਪ ਕਰਿਓ ਹੁਣ ਕਮੇਟੀ 7 ਬੰਦਿਆਂ ਦੀ ਬਣਾਉਣੀ ਹੈ 9 ਬੋਇਸ ਅਤੇ 4 ਗਰਲਸ ਅਵੇਲੇਬਲ ਹੈਗੀਆਂ ਮਿਸਲੇਨੀਅਸ ਦਾ ਸਮ ਨੰਬਰ ਕਰਨ ਲੱਗੇ ਆਪਾਂ 3rd ਟੋਟਲ ਸਿਲੈਕਸ਼ਨ ਹੈਗੇ 7 ਟੋਟਲ ਸਿਲੈਕਸ਼ਨ ਹੈਗੀ 7 ਕਮੇਟੀ ਟੋਟਲ ਸਿਲੈਕਸ਼ਨ 7 ਲਿਖਿਆ ਨਾ ਹੁਣ ਬੋਇਸ ਅਵੇਲੇਬਲ ਹੈਗੇ ਆਪਣੇ ਕੋਲ 9 ਅਤੇ ਗਰਲਸ ਅਵੇਲੇਬਲ ਹੈਗੀਆਂ 4 ਐਮ ਉੱਪਰ 9 ਪਾਤਾ ਥੱਲੇ 4 ਪਾਤਾ ਫਸਟ ਪਾਰਟ 'ਚ ਉਹਨਾਂ ਨੇ ਕੀ ਕਿਹਾ ਫਸਟ ਪਾਰਟ 'ਚ ਕਿਹਾ ਐਗਜੈਕਟਲੀ 3 ਗਰਲਸ ਐਗਜੈਕਟਲੀ 3 ਗਰਲਸ ਇਹ ਫਸਟ ਪਾਰਟ 'ਚ ਕਿਹਾ ਹੁਣ ਗਰਲਸ 3 ਹੀ ਸਿਲੈਕਟ ਕਰਨੀਆਂ ਅਤੇ ਗਰਲਸ 3 ਪਾ ਦਿਓ ਪਰ ਟੋਟਲ ਸਿਲੈਕਸ਼ਨ ਹੈਗੀ 7 ਜੇ ਗਰਲਸ 3 ਸਿਲੈਕਟ ਕਰਨੀ ਹੈ ਇੱਧਰ 4 ਸਿਲੈਕਟ ਕਰਨੇ ਪੈਣੇ ਆ ਤਾਂ ਹੀ ਇਹ ਪਾ ਕੇ ਪਲੱਸ ਕਰਕੇ ਟੋਟਲ ਸਿਲੈਕਸ਼ਨ 7 ਬਣੇਗਾ ਨਾ ਟੋਟਲ ਸਿਲੈਕਸ਼ਨ ਹੈਗੀਆਂ 7 ਕਰਨਾ ਕਿੱਦਾਂ ਹੈ ਟੋਟਲ ਨੰਬਰ ਆਫ ਵੇਸ ਇਨ ਵਿੱਚ ਟੀਮ ਕੈਨ ਬੀ ਸਿਲੈਕਟਿਡ ਟੋਟਲ ਨੰਬਰ ਆਫ ਵੇਸ ਇਨ ਵਿੱਚ ਟੀਮ ਕੈਨ ਬੀ ਸਿਲੈਕਟਿਡ 9 ਅਵੇਲੇਬਲ ਹੈ 9C4 ਇੰਟੂ 4C3 9C4 ਇੰਟੂ 4C3 ਇਹ ਕੈਲਕੂਲੇਸ਼ਨ ਆਪਣੇ ਆਪ ਕਰੋ ਇਹਨੂੰ ਆਹ ਕੈਲਕੂਲੇਸ਼ਨ ਆਪਣੇ ਆਪ ਕਰੋ ਜਿਹੜੀ ਮੈਂ ਕਰਾਂਗਾ ਸੈਕਿੰਡ ਪਾਰਟ ਹੈਗਾ ਐਟਲੀਸਟ 3 ਗਰਲਸ ਐਟਲੀਸਟ 3 ਗਰਲਸ ਘੱਟੋ ਘੱਟ 3 ਗਰਲਸ ਹੋਣੀਆਂ ਚਾਹੀਦੀਆਂ ਗਰਲਸ ਅਵੇਲੇਬਲ ਹੈਗੀਆਂ 4 ਬੋਇਸ ਅਵੇਲੇਬਲ ਹੈਗੇ 9 3 ਗਰਲਸ ਮਤਲਬ ਘੱਟੋ ਐਟਲੀਸਟ 3 ਗਰਲਸ ਮਤਲਬ ਜੇ 3 ਗਰਲਸ ਅਵੇਲੇਬਲ ਹੋਣਗੀਆਂ ਬੋਇਸ ਹੋਣੇ 7 3 ਗਰਲਸ ਅਵੇਲੇਬਲ ਹੋਣਗੀਆਂ ਬੋਇਸ ਅਵੇਲੇਬਲ ਹੋਣੇ ਆ ਸੋਰੀ ਬੋਇਸ ਅਵੇਲੇਬਲ ਹੋਣੇ 4 ਆਪਾਂ ਟੋਟਲ ਸਿਲੈਕਸ਼ਨ ਹੈਗੀ 7 ਜੇ ਗਰਲਸ 3 ਸਿਲੈਕਟ ਕਰਾਂਗੇ ਬੋਇਸ ਸਿਲੈਕਟ ਕਰਨੇ ਪੈਣੇ 4 ਤਾਂ ਹੀ ਟੋਟਲ 7 ਹੋਣਗੇ ਐਟਲੀਸਟ ਗਿਆ 3 ਤੋਂ ਗਰਲਸ ਵੱਧ ਵੀ ਸਕਦੀਆਂ 4 ਵੀ ਹੋ ਸਕਦੀਆਂ ਐਟਲੀਸਟ ਦਾ ਮਤਲਬ ਘੱਟੋ ਘੱਟ 3 ਗਰਲਸ ਜਾਂ 3 ਤੋਂ ਜ਼ਿਆਦਾ ਐਟਲੀਸਟ ਦਾ ਮਤਲਬ ਘੱਟੋ ਘੱਟ 3 ਗਰਲਸ ਜਾਂ 3 ਤੋਂ ਜ਼ਿਆਦਾ ਹੁਣ 3 ਤੋਂ ਜ਼ਿਆਦਾ ਇੱਧਰ 4 ਹੋ ਜਾਣਗੀਆਂ ਜੇ ਇੱਧਰ 4 ਆ ਗਿਆ ਇੱਧਰ 3 ਆ ਜਾਣਾ ਕਿਉਂਕਿ ਟੋਟਲ ਸਿਲੈਕਸ਼ਨ 7 ਰੱਖਣੀ ਹੈ ਨਾ ਜੇ ਗਰਲਸ ਸਿਲੈਕਟ ਕੀਤੀਆਂ ਬੋਇਸ ਸਿਲੈਕਟ ਕਰਨੇ ਪੈਣੇ 3 ਹੁਣ ਇਹਨੂੰ ਜਦੋਂ ਸੋਲਵ ਕਰਾਂਗੇ ਟੋਟਲ ਨੰਬਰ ਆਫ ਵੇਸ ਟੋਟਲ ਨੰਬਰ ਆਫ ਵੇਸ 9C4 9 ਬੋਇਸ ਅਵੇਲੇਬਲ ਹੈ 4 ਸਿਲੈਕਟ ਕੀਤੇ 9C4 4 ਗਰਲਸ ਅਵੇਲੇਬਲ ਹੈ 3 ਸਿਲੈਕਟ ਕੀਤੀਆਂ 4C3 ਵਿਚਕਾਰ ਪਲੱਸ ਆਉਣਾ ਕਿਉਂਕਿ ਦੂਜੇ ਕੇਸ 'ਤੇ ਸ਼ਿਫਟ ਹੋਣ ਲੱਗੇ ਹਾਂ 9C3 ਇੰਟੂ 4C4 ਇੰਟੂ 4C4 ਇਹ ਮਲਟੀਪਲਾਈ ਕਰੋ ਬਾਅਦ ਪਲੱਸ ਕਰ ਲਓ ਇਹਦੀ ਕੈਲਕੂਲੇਸ਼ਨ ਆਪਣੇ ਆਪ ਕਰਿਓ ਤੁਸੀਂ ਸੋਲਵ ਇਹਨੂੰ ਮੈਂ ਕਰਨ ਲੱਗਾ 3rd ਪਾਰਟ ਦੇਖੋ ਯਾਰ 3rd ਪਾਰਟ ਹੈਗਾ ਐਟਮੋਸਟ 3 ਗਰਲ ਐਟਮੋਸਟ 3 ਗਰਲਸ ਦਾ ਮਤਲਬ ਹੁੰਦਾ ਵੱਧ ਤੋਂ ਵੱਧ 3 ਗਰਲਸ ਗਰਲਸ ਅਵੇਲੇਬਲ ਹੈਗੀਆਂ 4 ਬੋਇਸ ਅਵੇਲੇਬਲ ਹੈਗੇ 9 ਟੋਟਲ ਸਿਲੈਕਸ਼ਨ ਹੈਗੀ 7 ਵੱਧ ਤੋਂ ਵੱਧ 3 ਗਰਲਸ ਮਤਲਬ ਘੱਟ ਤੋਂ ਘੱਟ ਕਿੰਨੀਆਂ ਹੋਣਗੀਆਂ 0 ਜਾਂ ਵੱਧ ਤੋਂ ਵੱਧ 3 ਗਰਲਸ ਸਿਲੈਕਟ ਕਰਨੀਆਂ ਮਤਲਬ ਆਪਾਂ 2 ਵੀ ਕਰ ਸਕਦੇ ਵੱਧ ਤੋਂ ਵੱਧ 3 ਰੱਖਣੀਆਂ ਨਾ ਆਪਾਂ 1 ਸਿਲੈਕਟ ਵੀ ਕਰ ਸਕਦੇ ਹਾਂ ਅਤੇ ਆਪਾਂ 0 ਵੀ ਸਿਲੈਕਟ ਕਰ ਸਕਦੇ ਹਾਂ ਐਟਮੋਸਟ 3 ਗਰਲਸ ਦਾ ਮਤਲਬ ਵੱਧ ਤੋਂ ਵੱਧ 3 ਗਰਲਸ ਰੱਖਣੀਆਂ ਅਤੇ ਘੱਟ ਤੋਂ ਘੱਟ 0 ਵੀ ਹੋ ਸਕਦੀ ਹੈ 0 ਵਾਲਾ ਕੇਸ ਨਹੀਂ ਬੱਚੇ ਬਣਾਉਂਦੇ ਹੁਣ ਜੇ ਗਰਲਸ 3 ਸਿਲੈਕਟ ਕੀਤੀਆਂ ਬੋਇਸ ਸਿਲੈਕਟ ਕਰਨੇ ਬਣੇ 4 ਤਾਂ ਹੀ ਟੋਟਲ 7 ਬਣੇਗਾ ਨਾ ਜੇ ਇੱਧਰ 2 ਸਿਲੈਕਟ ਕੀਤੀਆਂ ਇੱਧਰ 5 ਸਿਲੈਕਟ ਕਰਨੇ ਪੈਣੇ ਆ ਜੇ ਇੱਧਰ 1 ਸਿਲੈਕਟ ਕੀਤਾ ਇੱਧਰ 6 ਸਿਲੈਕਟ ਕਰਨੇ ਪੈਣੇ ਆ ਜੇ ਇੱਧਰ 0 ਸਿਲੈਕਟ ਕੀਤਾ ਇੱਧਰ 7 ਸਿਲੈਕਟ ਕਰਨੇ ਪੈਣੇ ਆ ਮਤਲਬ ਇਹਦਾ ਟੋਟਲ ਨੰਬਰ ਆਫ ਵੇਸ ਕਿੱਦਾਂ ਹੋਣਾ ਇਹਦਾ ਟੋਟਲ ਨੰਬਰ ਆਫ ਵੇਸ ਕਿੱਦਾਂ ਹੋਣਾ ਦੇਖੋ ਯਾਰ ਟੋਟਲ ਨੰਬਰ ਆਫ ਵੇਸ ਹੋਣਾ ਇਹਦਾ 9C4 ਆਹ ਦੇਖੋ 9 ਬੋਇਸ ਨਾ 4 ਸਿਲੈਕਟ ਕੀਤੇ 9C4 ਇੰਟੂ 4 ਗਰਲਸ ਅਵੇਲੇਬਲ ਹੈ 4C3
ਪਲੱਸ 9C5 ਇੰਟੂ 4C2 ਪਲੱਸ ਦੂਜੇ ਕੇਸ 'ਤੇ ਸ਼ਿਫਟ ਹੋਣਾ 9C6 ਇੰਟੂ 4C1 ਪਲੱਸ 9C7 ਇੰਟੂ 4C0 ਇੰਟੂ 4C0 ਇਹਦੀ ਕੈਲਕੂਲੇਸ਼ਨ ਆਪਣੇ ਆਪ ਸੋਲਵ ਕਰਨਾ, ਬੜੇ ਆਰਾਮ ਨਾਲ ਪਤਾ ਲੱਗ ਜਾਏਗਾ, ਨਹੀਂ ਪਤਾ ਲੱਗੇਗਾ ਇੱਕ ਵਾਰੀ ਵੀਡੀਓ ਦੁਬਾਰਾ ਦੇਖਣਾ, ਕਲੀਅਰ ਹੋ ਜਾਏਗਾ ਸਾਰਾ ਚੰਗੀ ਤਰ੍ਹਾਂ ਸਾਨੂੰ। ਅੱਗੇ ਦੇਖੋ ਜ਼ਰਾ, ਸੈਵਨਥ ਕੁਸ਼ਚਨ। ਇਨ ਐਨ ਐਗਜ਼ਾਮੀਨੇਸ਼ਨ ਅ ਕੁਸ਼ਚਨ ਪੇਪਰ ਕੰਸਿਸਟ ਆਫ 12 ਕੁਸ਼ਚਨ ਡਿਵਾਈਡਿਡ ਇੰਟੂ 2 ਪਾਰਟ, ਪਾਰਟ 1 ਐਂਡ ਪਾਰਟ 2, ਵਿਚਕਾਰ ਲਾਈਨ ਮਾਰ ਲੈਣੀ, ਇੱਕ ਪਾਸੇ ਲਿਖ ਦੇਣਾ ਪਾਰਟ 1, ਇੱਕ ਪਾਸੇ ਲਿਖ ਦੇਣਾ ਪਾਰਟ 2। ਕੰਟੇਨਿੰਗ 5 ਐਂਡ 7 ਕੁਸ਼ਚਨ, ਕੰਟੇਨਿੰਗ 5 ਐਂਡ 7 ਕੁਸ਼ਚਨ, ਮਤਲਬ ਜਿੱਦਾਂ ਆਪਾਂ ਕੁਸ਼ਚਨ ਨੰਬਰ ਕਰਨ ਲੱਗੇ 7 ਦਾ, ਅੱਜ ਆਪਾਂ ਕੰਬੀਨੇਸ਼ਨ ਵਾਲੀ ਕੁਸ਼ਚਨ ਕਰਨੇ ਨਾ। ਇੱਧਰ ਪਾ ਲਓ ਪਾਰਟ 1, ਇੱਧਰ ਪਾ ਲਓ ਪਾਰਟ 2। ਪਾਰਟ 1 'ਚ ਕੁਸ਼ਚਨ ਹੈਗੇ 5, ਇੱਧਰ ਕੁਸ਼ਚਨ ਹੈਗੇ 7। ਅੱਗੇ ਕੀ ਲਿਖਿਆ ਵੇਖੋ ਜਰਾ, ਅ ਸਟੂਡੈਂਟ ਇਜ਼ ਰਿਕੁਆਇਰਡ ਟੂ ਅਟੈਂਪਟ 8 ਕੁਸ਼ਚਨ ਇਨ ਆਲ, ਮਤਲਬ ਟੋਟਲ ਸਿਲੈਕਸ਼ਨ ਹੋ ਗਈ 8, ਅਟੈਂਪਟ 8 ਕੁਸ਼ਚਨ ਇਨ ਆਲ, ਟੋਟਲ ਸਿਲੈਕਸ਼ਨ ਹੋ ਗਈ 8, 8 ਕੁਸ਼ਚਨ ਟੋਟਲ ਅਟੈਂਪਟ ਕਰਨੇ ਉਹਨੇ। ਸਮ ਤਿਆਰ ਕਰ, ਚੰਗੀ ਤਰ੍ਹਾਂ ਪੜ੍ਹੋਗੇ ਨਾ ਫਿਰ ਪਤਾ ਲੱਗੇਗਾ ਕਿ ਕੰਬੀਨੇਸ਼ਨ ਲੱਗਣੀ ਹੈ। ਸਿਲੈਕਟਿੰਗ ਵਰਡ ਲੱਗਾ, ਮਤਲਬ ਕੰਬੀਨੇਸ਼ਨ ਲੱਗਣੀ ਹੈ। ਸਿਲੈਕਟਿੰਗ ਐਟ ਲੀਸਟ 3 ਫਰੋਮ ਈਚ ਪਾਰਟ, ਇਨ ਹਾਊ ਮੈਨੀ ਵੇਸ ਕੈਨ ਸਟੂਡੈਂਟ ਸਿਲੈਕਟ ਦੀ ਕੁਸ਼ਚਨ। ਸਿਲੈਕਟਿੰਗ 3 ਫਰੋਮ ਈਚ ਪਾਰਟ, ਮਤਲਬ ਜੇ ਇੱਧਰੋਂ ਸਿਲੈਕਟਿੰਗ ਐਟ ਲੀਸਟ 3 ਫਰੋਮ ਈਚ ਪਾਰਟ, ਜੇ ਇੱਧਰੋਂ 3 ਸਿਲੈਕਟ ਕੀਤੇ, ਟੋਟਲ ਸਿਲੈਕਸ਼ਨ 8, ਇੱਧਰੋਂ ਸਿਲੈਕਟ ਕਰਨੇ ਪਾਉਣੇ 5। ਜੇ ਇੱਧਰੋਂ 4 ਸਿਲੈਕਟ ਕੀਤੇ, ਐਟ ਲੀਸਟ 3 ਦਾ ਮਤਲਬ ਹੁੰਦਾ ਘੱਟੋ ਘੱਟ 3 ਜਾਂ 3 ਤੋਂ ਜ਼ਿਆਦਾ, ਐਟ ਲੀਸਟ 3 ਫਰੋਮ ਈਚ ਪਾਰਟ ਦਾ ਮਤਲਬ ਹੈਗਾ ਘੱਟੋ ਘੱਟ 3 ਜਾਂ 3 ਤੋਂ ਜ਼ਿਆਦਾ, ਘੱਟੋ ਘੱਟ 3 ਤਾਂ ਹਰੇਕ ਪਾਰਟ 'ਚ ਹੋਣੇ ਚਾਹੀਦੇ ਨਾ। ਇੱਧਰੋਂ 4 ਸਿਲੈਕਟ ਕੀਤੇ, ਇੱਧਰੋਂ ਵੀ 4, ਕਿਉਂਕਿ ਟੋਟਲ ਸਿਲੈਕਸ਼ਨ 8 ਰੱਖਣੀ ਹੈ। ਜੇ ਇੱਧਰੋਂ 5 ਸਿਲੈਕਟ ਕੀਤੇ, ਇੱਧਰੋਂ 3, ਟੋਟਲ ਸਿਲੈਕਸ਼ਨ ਹੈਗੀ 8, ਪਲੱਸ ਕਰਕੇ 8 ਬਣਨਾ ਚਾਹੀਦਾ। ਹੁਣ ਇੱਧਰ 6-2 ਨਹੀਂ ਰੱਖ ਸਕਦੇ, ਕਿਉਂਕਿ ਉਹਨਾਂ ਨੇ ਕਿਹਾ ਕੀ ਹੈ, ਸਿਲੈਕਟਿੰਗ ਐਟ ਲੀਸਟ 3 ਫਰੋਮ ਈਚ ਪਾਰਟ, ਇਹ ਉਹਨਾਂ ਨੇ ਕਿਹਾ ਹੋਇਆ। ਹੁਣ ਦੇਖੋ ਜਰਾ ਕਰਨਾ ਕਿੱਦਾਂ, ਉਹਨਾਂ ਕਹਿੰਦਾ ਟੋਟਲ ਨੰਬਰ ਆਫ ਵੇਸ ਇਨ ਵਿੱਚ ਕੁਸ਼ਚਨ ਪੇਪਰ ਕੈਨ ਬੀ ਸਿਲੈਕਟਿਡ, ਸਟੂਡੈਂਟ ਕੈਨ ਸਿਲੈਕਟ ਕੁਸ਼ਚਨ, ਟੋਟਲ ਨੰਬਰ ਆਫ ਵੇਸ ਲਿਖ ਦੇਣਾ ਆਪਾਂ, ਸਿਲੈਕਟਿੰਗ ਵਰਡ ਲੱਗਾ ਹੀ, ਕੰਬੀਨੇਸ਼ਨ ਹੀ ਲਗਾਉਣਾ ਹੀ। 5 ਕੁਸ਼ਚਨ ਪਹਿਲੇ ਪਾਰਟ 'ਚ ਅਵੇਲੇਬਲ ਹੈ ਆਪਣੇ ਕੋਲ, ਇੱਧਰ ਆਏਗਾ 5C3 ਇੰਟੂ 7C5 ਇੰਟੂ 7C5 ਅੱਗੇ 5C4 ਇੰਟੂ 7C4 ਪਲੱਸ 5C5 ਇੰਟੂ 7C3 7-3। ਇਹ ਸਾਰੀਆਂ ਕੈਲਕੂਲੇਸ਼ਨ ਆਪਣੇ ਆਪ ਸੋਲਵ ਕਰੋਗੇ ਤੁਸੀਂ, ਮਤਲਬ ਇਹ ਕੈਲਕੂਲੇਸ਼ਨ ਆਪਣੇ ਆਪ ਸੋਲਵ ਕਰੋ, ਇਹ ਨਹੀਂ ਮੈਂ ਆਪ ਨਹੀਂ ਕਰਨ ਲੱਗਾ, ਇਹ ਤੁਸੀਂ ਕਰੋਗੇ ਸੋਲਵ। ਅਗਲਾ ਕੁਸ਼ਚਨ ਦੇਖੋ ਜਰਾ, 8th ਕੁਸ਼ਚਨ, ਫਾਈਂਡ ਦੀ ਨੰਬਰ ਆਫ 5 ਕਾਰਡ ਕੰਬੀਨੇਸ਼ਨ ਆਊਟ ਆਫ ਏ ਡੈਕ ਆਫ 52 ਕਾਰਡਸ, ਇਫ ਈਚ ਸਿਲੈਕਸ਼ਨ ਆਫ 5 ਕਾਰਡਸ ਹੈਜ਼ ਐਗਜੈਕਟਲੀ 1 ਕਿੰਗ। 5 ਕਾਰਡ ਸਿਲੈਕਟ ਕਰਨੇ, ਉਹਨਾਂ 'ਚ ਐਗਜੈਕਟਲੀ 1 ਕਿੰਗ ਹੋਣਾ ਚਾਹੀਦਾ। ਹੁਣ ਜਿਹੜਾ 8th ਕੁਸ਼ਚਨ ਹੈਗਾ ਨਾ, ਤੁਸੀਂ ਪਿਛਲੀ ਐਕਸਰਸਾਈਜ਼ 'ਚ ਜਾਣਾ 7.4 'ਚ, ਇਹਦੇ ਵਿੱਚ ਮੈਂ 6th ਕੁਸ਼ਚਨ ਕਰਾਇਆ ਸੀ, ਫਾਈਂਡ ਦੀ ਨੰਬਰ ਆਫ 5 ਕਾਰਡ ਕੰਬੀਨੇਸ਼ਨ ਆਊਟ ਆਫ 52 ਕਾਰਡਸ ਇਫ ਦੇਰ ਇਜ਼ ਐਗਜੈਕਟਲੀ 1 ਏਸ ਇਨ ਈਚ ਕੰਬੀਨੇਸ਼ਨ। ਇੱਥੇ 1 ਏਸ ਵਰਡ ਲੱਗਾ ਹੈ, ਅਤੇ ਇੱਥੇ ਵਰਡ ਲੱਗਾ 1 ਕਿੰਗ, ਇੱਥੇ ਵਰਡ ਲੱਗਾ 1 ਕਿੰਗ, ਏਸ ਵੀ 4 ਹੁੰਦੇ ਆ ਤਾਸ਼, ਅਤੇ ਕਿੰਗ ਵੀ 4 ਹੁੰਦੇ ਆ, ਬਿਲਕੁਲ ਸੇਮ ਕੁਸ਼ਚਨ ਹੈਗਾ, ਬਸ ਏਸ ਸੀ ਗਾ ਵਰਡ ਲਾਉਣਾ ਕਿੰਗ, ਏਸ ਸੀ ਗਾ ਵਰਡ ਲਾਉਣਾ ਤੁਸੀਂ ਕਿੰਗ। ਯਾਨੀ ਕਿ ਜਿਹੜਾ 8th ਕੁਸ਼ਚਨ ਹੈਗਾ ਨਾ, ਉਹ ਸੇਮ ਐਜ਼ ਹੈਗਾ ਹੈ ਐਕਸਰਸਾਈਜ਼ 7.6, ਸੋਰੀ ਕੁਸ਼ਚਨ ਨੰਬਰ 6
एक्सरसाइज 7.4 ये अपने आप करना तुसी, आंसर भी सेम होना है, सिर्फ जिथे एस वर्ड लगा उसका वर्ड की ला देना तुसी किंग, आंसर भी सेम आएगा। ये मैं क्वेश्चन पिछली एक्सरसाइज कराया हुआ है, तुसी देख सकते हो वीडियो, ये क्वेश्चन उत्थों करो तुसी, ये मैं हुण करान नहीं लगा, सेम आंसर आएगा। अगे क्वेश्चन देखो, अज कंबीनेशन वाले क्वेश्चन करने तुहानू दस्सिया, टेंथ क्वेश्चन, फ्रॉम ए क्लास ऑफ 25 स्टूडेंट्स 10 आर टू बी चूजन फॉर एक्सकर्शन पार्टी, 25 बच्चों की क्लास है, 10 स्टूडेंट नू एक्सकर्शन पार्टी ते लैके जाना, यानी कि एजुकेशन ट्रिप ते लैके जाना, देयर आर 3 स्टूडेंट्स हू डिसाइड दैट आइदर ऑल ऑफ दैम विल ज्वाइन और नन ऑफ दैम विल ज्वाइन, इन हाउ मैनी वेस कैन दी एक्सकर्शन पार्टी बी चूजन, चूजन का मतलब सिलेक्शन मतलब कंबीनेशन। हूँ 25 स्टूडेंट है क्लास, 25 स्टूडेंट चो 10 बच्चे लैके जाने पार्टी के, टोटल सिलेक्शन हैगी 7 टोटल सिलेक्शन हैगी 10 एक्सकर्शन पार्टी, मतलब एजुकेशन ट्रिप वगैरह जिदा तुम साइंस सिटी लै जाना। हूँ 25 बच्चों चो ना 25 बच्चे टोटल है, 3 बच्चों का पंगा है, वो 3 दोस्त है, उन्होंने सोचा जां ते आपां तिन्हां ने जाना है जां ते आपां तिन्हां ने नहीं जाना, जां ते आपां तिन्हां ने जाना जां ते इन्हां तिन्हां ने नहीं जाना, मतलब 25 बच्चों नूं 2 हिस्सों च वंड लो, 22 बच्चे दे ग्रुप च वंड लो, 3 बच्चों नूं वंड लो ग्रुप च वंड लो, इन्हां तिन्हां दा पंगा है जां ते तिन्हें जाणगे जां तिन्हें नहीं जाणगे। केस फस्ट, इफ 3 ऑफ दैम विल ज्वाइन, वो मतलब सोचते कि चलो चल जाने आप पार्टी से कोई गल नहीं, हूँ जे तिने दे तिने चल गए 3C3 आएगा, तिने दे तिने चल गए 3C3 आएगा, जे आ 3 चल गए बाकी बाइया चो 7 लैके जाने पैने हैं क्योंकि टोटल सिलेक्शन है 10, इन्हों प्लस करके मतलब ऐदा ना 25 है ना 22 ते 3, जे ते आ 3 दे 3 चल जाते हैं तो मतलब इधरों 7 ही जाने हैं, ता ही टोटल सिलेक्शन 10 बननी है, जे आ 3 नहीं जाते चलो पहले इन्हें 3C3 का मतलब तो 1 ही हों, 22C7 आ जाएगा, इन्हें सोल्व करने की लड़ नहीं कि बड़ा वाला आंसर बन जाना, इतने छड़ दौ 22C7 इतने छड़ दौ, नहीं सोल्व करना। केस 2, इफ 3 ऑफ दैम विल नोट ज्वाइन, वो कहें आप नहीं जाना बई, तो टीचर की कहेगा ना जाओ बई, 3 चो जो नहीं गए बाकी बाइया चो 10 लै जाएंगे क्योंकि टोटल 10 बंदे लैके जाने हैं, बाकी बाइया चो 10 लै जाएंगे, फिर इतने आ जाएगा 22C10 इंटू 3C0, 3C0 का मतलब तो 1 ही होंगे, 22C10 आ जाएगा, जो केस वाला सम आ जाए जिदा इदा ए आपस प्लस कर ली दी है, एंड ते की आना टोटल नंबर ऑफ वेस, इन विच एक्सकर्शन पार्टी कैन बी चूजन, टोटल नंबर ऑफ वेस इन विच एक्सकर्शन पार्टी कैन बी चूजन, अपने को आ जाएगा 22C7 22C10 ये आ जाएगा, सॉरी केस वाली गल च इधर प्लस आएगा ना, पहला केस प्लस दूजा केस, इन सोल्व नहीं करना इतने छड़ देना, यही आंसर है अपना, कैलकुलेशन बड़ी वड्डी हो जाती बुक च भी आई आंसर दिता हो, इधर रहन दियो। हुण तुहाडा होमवर्क हैगा जिन्हें मैं सम कराए ना रिपीट कर लियो, जिन्हें सम कराया रिपीट कर लियो। थैंक यू स्टूडेंट्स।